ਪਿੰਡਾਂ ਦੇ ਵਿੱਚ ਖੂੰਖਾਰ ਜਾਨਵਰ ਦਾ ਆਤੰਕ ਜਾਰੀ ਹੈ, ਜਿੱਥੇ ਹਾਲੇ ਵੀ ਕਈ ਥਾਵਾਂ ਤੇ ਤੇਂਦੂਆ ਘੁੰਮਦਾ ਨਜ਼ਰ ਆਇਆ ਹੈ, ਬਲਕਿ ਇੱਥੇ ਲੋਕਾਂ ਦੇ ਪਾਲਤੂ ਜਾਨਵਰਾਂ ਨੂੰ ਸ਼ਿਕਾਰ ਵੀ ਬਣਾਇਆ ਗਿਆ ਹੈ। ਹੁਣ ਤਸਵੀਰਾਂ ਸਾਹਮਣੇ ਆਈਆਂ ਨੇ ਨੰਗਲ ਤੋਂ। ਨੰਗਲ ਚ ਪੈਂਦੇ ਪਿੰਡ ਨਿੱਕੂ ਦੇ ਵਿੱਚ ਬੱਕਰੀਆਂ ਨੂੰ ਇਸ ਖੂੰਖਾਰ ਜਾਨਵਰ ਨੇ ਆਪਣਾ ਸ਼ਿਕਾਰ ਬਣਾਇਆ ਹੈ, ਜਿਨ੍ਹਾਂ ਤੇ ਹਮਲਾ ਕਰਕੇ ਕਈਆਂ ਨੂੰ ਤਾਂ ਖਾ ਗਿਆ ਹੈ ਤੇ ਕਈਆਂ ਨੂੰ ਮਾਰ ਕੇ ਸੁੱਟ ਗਿਆ ਹੈ, ਜਿਸ ਕਰਕੇ ਲੋਕ ਦਹਿਸ਼ਤ ਵਿੱਚ ਵੀ ਨੇ ਤੇ ਪਰੇਸ਼ਾਨ ਵੀ ਨੇ, ਕਿਉਂਕਿ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ ਤੇ ਇੱਥੇ ਬੇਜ਼ੁਬਾਨ ਜਾਨਵਰਾਂ ਦੀ ਜਾਨ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੰਗਲਾਤ ਵਿਭਾਗ ਨੂੰ ਸੂਚਿਤ ਵੀ ਕੀਤਾ ਗਿਆ ਹੈ, ਪਰ ਹਾਲੇ ਤੱਕ ਇਹ ਤੇਂਦੂਆ ਕਿਸੇ ਦੇ ਹੱਥ ਨਹੀਂ ਆਇਆ। ਬੇਸ਼ੱਕ ਲੋਕਾਂ ਦਾ ਕਹਿਣਾ ਹੈ ਕਿ ਉਸਨੂੰ ਹਾਲੇ ਦੇਖਿਆ ਨਹੀਂ ਗਿਆ, ਪਰ ਜਿਸ ਤਰ੍ਹਾਂ ਦਾ ਹਾਲ ਇੱਥੇ ਜਾਨਵਰਾਂ ਦਾ ਕੀਤਾ ਗਿਆ ਹੈ, ਬੱਕਰੀਆਂ ਦੇ ਨਾਲ ਜੋ ਕੀਤਾ ਗਿਆ ਹੈ, ਤਾਂ ਸਾਫ ਨਜ਼ਰ ਆ ਰਿਹਾ ਹੈ ਕਿ ਕਿਸੇ ਖੂੰਖਾਰ ਜਾਨਵਰ ਦੇ ਵੱਲੋਂ ਹੀ ਇਹਨਾਂ ਦਾ ਸ਼ਿਕਾਰ ਕੀਤਾ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਤੇਂਦੂਆ ਦੇਖਿਆ ਗਿਆ ਸੀ, ਪਰ ਹਾਲੇ ਤੱਕ ਉਹ ਕਾਬੂ 'ਚ ਨਹੀਂ ਆਇਆ। ਜੰਗਲਾਤ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਹੈ ਤੇ ਉਹਨਾਂ ਦੇ ਵੱਲੋਂ ਵੀ ਤਲਾਸ਼ ਕੀਤੀ ਜਾ ਰਹੀ ਹੈ ਇਸ ਤੇਂਦੂਏ ਦੀ। ਸੋ ਪਿੰਡ ਦੇ ਲੋਕ ਇਸ ਖੌਫ ਦੇ ਵਿੱਚ ਨੇ ਕਿ ਉਹ ਰਾਤ ਵੇਲੇ ਡਰਦੇ ਹੋਏ ਘਰ ਤੋਂ ਬਾਹਰ ਨਹੀਂ ਨਿਕਲ ਪਾਉਂਦੇ, ਕਿਉਂਕਿ ਜੇਕਰ ਇਹ ਖੂੰਖਾਰ ਜਾਨਵਰ ਉਹਨਾਂ ਦੇ ਪਾਲਤੂ ਪਸ਼ੂਆਂ ਨੂੰ ਸ਼ਿਕਾਰ ਬਣਾ ਰਿਹਾ ਹੈ ਤਾਂ ਲੋਕਾਂ ਤੇ ਵੀ ਹਮਲਾ ਕਰ ਸਕਦਾ ਹੈ, ਜਿਸ ਕਰਕੇ ਇਹ ਲੋਕ ਡਰਦੇ ਹੋਏ ਨਾ ਤਾਂ ਖੁਦ ਬਾਹਰ ਨਿਕਲਦੇ ਨੇ ਤੇ ਨਾ ਹੀ ਆਪਣੇ ਬੱਚਿਆਂ ਨੂੰ ਬਾਹਰ ਕੱਢ ਪਾ ਰਹੇ ਨੇ। ਹੁਣ ਇਹਨਾਂ ਦੇ ਵੱਲੋਂ ਗੁਹਾਰ ਲਗਾਈ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਸ ਖੂੰਖਾਰ ਜਾਨਵਰ ਨੂੰ ਰੈਸਕਿਊ ਕੀਤਾ ਜਾਏ ਤੇ ਜੰਗਲ 'ਚ ਵਾਪਸ ਭੇਜਿਆ ਜਾਏ। ਅਸੀਂ ਇੱਥੇ ਘਰ ਦੇ ਨੇੜੇ ਚੁਗਣੇ ਵਾਸਤੇ ਬੰਨੀ ਆ, ਚੁਗਣੇ ਵਾਸਤੇ ਬੰਨੀ, ਚੀਤਾ ਪੈ ਗਿਆ। ਹਾਂਜੀ, ਕਾਫੀ ਰੋਲਾ ਪਿਆ, ਮੈਂ ਵੀ ਘਰ ਹੈ ਕਿ ਬੱਚੇ ਦੇ ਘਰ, ਪਤਾ ਨੀ ਲੱਗਿਆ ਜੀ, ਜਦੇ ਪਤਾ ਲੱਗਿਆ ਸਾਨੂੰ ਮਰ ਗਏ। ਹਾਂਜੀ, ਮੇਰੇ ਘਰ ਵਾਲੇ ਨੂੰ 2 ਸਾਲ ਹੋ ਗਏ ਲੱਤਾਂ ਬਾਹਾਂ ਤੋਂ ਬੈਠਾ, ਬੇਟਾ ਮੇਰਾ 3-4 ਮਹੀਨੇ ਹੋ ਗਏ, ਉਹਦੀ ਲੱਤ ਟੁੱਟੀ ਵੀ ਹੈ, ਜੇ ਵੀ ਕੰਮ ਨੀ ਕਰ ਸਕਦਾ। 2 ਮੇਰੇ ਬੱਚੇ ਦੇਰਦੇ ਆ, ਮੇਰੇ ਕੋਲ ਕੋਈ ਕੰਮ ਕਰਨ ਵਾਲਾ ਹੈ ਹੀ ਨੀ। ਕਿਆ ਮੰਗ ਕਰਦੇ ਸਰਕਾਰ ਤੁਸੀਂ ਵਿਭਾਗ ਤੋਂ? ਚੀਤਾ ਫੜਨਾ ਚਾਹੀਦਾ ਜਾਂ ਮੈਨੂੰ ਇਹਦਾ ਮੁੱਲ ਦੇ ਦੇਣ, ਜੋ ਬਣਦਾ ਮੈਨੂੰ ਮਿਲ ਜਾਣਾ ਚਾਹੀਦਾ ਮੈਨੂੰ। ਭਾਜੀ ਇੱਥੇ ਬੱਕਰੀਆਂ ਸੀ ਬੰਨੀ ਵੀ ਤੇ ਚੁਗਣ ਵਾਸਤੇ ਜੀ, ਭਾਜੀ ਤੇਂਦੂਆ ਪੈ ਗਿਆ ਜੀ ਦਿਨ ਦਿਹਾੜੇ, ਅੱਜ ਘਰ ਦੇ ਕੋਲੇ ਆ ਭਾਜੀ, ਬੱਕਰੀਆਂ 2 ਮਾਰਤੀਆਂ ਜੀ, ਇੱਕ ਬੱਕਰੀ ਹਾਂਜੀ ਇੱਕ ਮਾਰ ਕੇ ਛੱਡਤੀ, ਇੱਕ ਜ਼ਿਆਦਾ ਖਾ ਲਈ ਭਾਜੀ, ਇੱਕ ਬੱਕਰੀ ਛੋਟੀ ਸੀ। ਹਾਂਜੀ ਇੱਕ ਛੋਟੀ ਤੇ ਇੱਕ ਸੂਣ ਵਾਲੀ ਦੀ ਭਾਜੀ। ਕਿੱਦਾਂ ਦਾ ਮਾਹੌਲ ਹੈ ਹੁਣ ਉੱਥੇ? ਹੁਣ ਭਾਜੀ ਮਾਹੌਲ ਥੋੜੇ ਸਾਹਮਣੇ, ਹਾਂਜੀ ਭਾਜੀ ਇੱਦਾਂ ਦੇ ਬੰਦਿਆਂ ਨੂੰ ਵੀ ਪੈਸੇ ਆਪਣਾ ਜੀ, ਹੁਣ ਸਾਰੇ ਪਿੰਡ ਨਿੱਕੂ ਨੰਗਲ ਉੱਪਰ ਹੈ ਜੀ, ਠੀਕ ਹੈ ਜੀ, ਇਹ ਬਹੁਤ ਆਰਾਮ ਹੈ ਜੀ, ਇਹਨਾਂ ਦੀਆਂ ਬੱਕਰੀਆਂ ਸੀਗੀਆਂ, ਇੱਥੇ ਇਹਨਾਂ ਨੇ ਆਪਣੇ ਘਰਾਂ ਦੇ ਕੋਲੇ ਬੰਨੀ ਹੋਏ ਸੀਗੇ ਜੀ, ਤੇ ਪਤਾ ਨੀ ਲੱਗਿਆ ਕਿਸ ਟਾਈਮ ਜੀ ਤੇਂਦੂਏ ਨੇ ਆ ਕੇ ਇਹਨਾਂ 2 ਬੱਕਰੀਆਂ ਤੇ ਬਾਹਰ ਕਰ ਦਿੱਤਾ, ਇੱਕ ਤਾਂ ਤੁਹਾਨੂੰ ਤੁਸੀਂ ਦੇਖ ਹੀ ਲਿਆ ਸਾਰੀ ਖਾ ਚੁੱਕਿਆ, ਇੱਕ ਗਲ ਤੇ ਫਾੜ ਕੇ ਨਾ ਮਾਰਕਾ ਸੁੱਟ ਦਿੱਤੀ। ਵੇਖੋ ਮੁਆਵਜ਼ਾ ਬਣਦਾ ਹੈ ਗੌਰਮੈਂਟ ਪੱਖਾ ਤੇ, ਉਹ ਇਹਨਾਂ ਨੂੰ ਦਿੱਤਾ ਜਾਵੇ, ਗਰੀਬ ਬੰਦੇ ਆ ਜੀ, ਇਹੀ ਤਾਂ ਦਾਰ ਮਦਾਰ ਹੈ ਵਿਚਾਰਿਆਂ ਦਾ, ਇਹਨਾਂ ਦਾ ਕਿਹੜਾ ਕੋਈ ਨੌਕਰੀ ਪੇਸ਼ਾ, ਕੋਈ ਦਿਹਾੜੀ ਇਹਨਾਂ ਤੇ ਨੀ ਵਿਚਾਰੇ ਦੇ ਲੱਗਦੀ, ਠੀਕ ਹੈ ਨਾ, ਇਹਨਾਂ ਦੇ ਵਿਚਾਰੇ ਦਾ ਪਹਿਲੇ ਬਹੁਤ ਨੁਕਸਾਨ ਹੋ ਚੁੱਕਿਆ, ਬਾਹਾਂ ਫ੍ਰੈਕਚਰ ਹੋ ਗਈਆਂ ਦੇ ਪਿੱਛੇ। ਵਿਭਾਗ ਨੂੰ ਸੂਚਿਤ ਕੀਤਾ? ਵਿਭਾਗ ਨੂੰ ਸਾਰੇ ਸੂਚਿਤ ਕੀਤਾ ਤਹਿਤ, ਸੋ ਦੇਖੋ ਆਇਆ ਨੀ ਕੋਈ, ਹਾਲੇ ਤੱਕ ਨੀ ਆਇਆ ਸਰ ਕੋਈ ਵੀ।